ਦੈਨਿਕ ਸਵੇਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮਤ ਸਿੰਘ ਦਿਗਪਾਲ। ਪੰਜਾਬ ਪੁਲਿਸ ਦੇ ਵੱਲੋਂ ਨਸ਼ਿਆਂ ਦੇ ਖਿਲਾਫ਼ ਵਿੱਢੀ ਗਈ ਮੁਹਿੰਮ ਦੇ ਤਹਿਤ ਲਗਾਤਾਰ ਜਿੱਥੇ ਨਸ਼ਾ ਤਸਕਰਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ, ਮੁਕੱਦਮੇ ਦਰਜ ਕੀਤੇ ਜਾ ਰਹੇ ਨੇ, ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਨੇ, ਤਾਂ ਉੱਥੇ ਹੀ ਜਿਹੜੇ ਨਸ਼ਾ ਤਸਕਰ ਨੇ ਜੋ ਤਸਕਰੀ ਦੇ ਹਮਨੇ ਆਤੇ ਹੀ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ। ਮੈਂ ਆਪਣੀ ਫੋਰਸ ਕੋ ਬਧਾਈ ਦੇਤਾ ਹੂੰ ਕਿ ਉਹਨਾਂ ਨੇ ਆਪਣੀ ਜਾਨ ਜੋਖਮ ਮੇਂ ਡਾਲਕਰ ਪਤਾ ਨਹੀਂ ਕਿਤਨੇ ਘਰੋਂ ਕੇ ਚੂਲੋਂ ਕੀ ਆਗ ਜੋ ਬੁਝਨੇ ਵਾਲੀ ਥੀ ਉਸਕੋ ਬਚਾ ਲਿਆ। ਮੈਂ 3.25 ਕਰੋੜ ਲੋਗੋਂ ਕੀ ਸੁਰੱਖਿਆ ਕੀ ਗਾਰੰਟੀ ਲੇਤਾ ਹੂੰ, ਮੇਰਾ ਕੰਮ ਹੈ, ਕਿਉਂਕਿ ਮੁਝੇ ਇਤਨਾ ਪਿਆਰ ਦਿਆ ਆਪਣੇ, ਇਤਨਾ ਪਿਆਰ ਦਿਆ, ਅਬ ਜ਼ਿੰਮੇਦਾਰੀ ਮੇਰੀ ਹੈ, ਆਪਨੇ ਆਪਣਾ ਫਰਜ਼ ਨਿਭਾ ਦਿਆ, ਅਬ ਫਰਜ਼ ਨਿਭਾਨੇ ਕੀ ਬਾਰੀ ਮੇਰੀ ਹੈ। ਪੰਜਾਬ 'ਚੋਂ ਗੈਂਗਸਟਰਵਾਦ ਦਾ ਸਫਾਇਆ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਤੇ AGTF ਨੇ ਸਖਤੀ ਦਿਖਾਉਂਦਿਆਂ ਹੁਣ ਤੱਕ ਪੰਜਾਬ ਅੰਦਰ ਅਪਰਾਧਿਕ ਮਾਮਲਿਆਂ ਨੂੰ ਲੈ ਕੇ 1100 ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ, ਜਦਕਿ 1165 ਨਜਾਇਜ਼ ਹਥਿਆਰ ਅਤੇ ਅਪਰਾਧ ਲਈ ਵਰਤੇ 270 ਵਾਹਨ ਬਰਾਮਦ ਕੀਤੇ ਨੇ। ਪੰਜਾਬ ਸਰਕਾਰ ਦਾ ਮੁੱਖ ਮਕਸਦ ਅਪਰਾਧ ਤੇ ਰੋਕ ਲਗਾ ਕੇ ਸੂਬੇ ਦੇ ਲੋਕਾਂ ਨੂੰ ਇੱਕ ਸੁਖਾਵਾਂ ਮਾਹੌਲ ਪ੍ਰਦਾਨ ਕਰਨਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਕਿਹਾ ਉਹ ਕਰ ਦਿਖਾਇਆ। ਪੰਜਾਬ 'ਚੋਂ ਹੋ ਰਿਹਾ ਅਪਰਾਧ ਦਾ ਸਫਾਇਆ। ਪੈਸੇ ਤੋਂ ਬਣਾਈਆਂ ਗਈਆਂ ਪ੍ਰੋਪਰਟੀਆਂ ਨੇ ਉਹਨਾਂ ਨੂੰ ਲਗਾਤਾਰ ਫ੍ਰੀਜ਼ ਕੀਤਾ ਜਾ ਰਿਹਾ, ਤਾਂ ਜ਼ਿਆਦਾ ਗੱਲਬਾਤ ਕਰਾਂਗੇ। ਮੇਰੇ ਨਾਲ ACP ਅਨਿਲ ਕੁਮਾਰ ਬਨੋੜ ਜੀ ਮੌਜੂਦ ਨੇ, ਜਿਨ੍ਹਾਂ ਦੇ ਵੱਲੋਂ ਅੱਜ ਫਿਰ 3-3 ਮੁਕੱਦਮਿਆਂ ਦੇ ਮੁਕੱਦਮਿਆਂ ਦੇ ਵਿੱਚ ਨਸ਼ਾ ਤਸਕਰਾਂ ਦੀਆਂ ਪ੍ਰੋਪਰਟੀਆਂ ਜਿਹੜੀਆਂ ਨੇ ਕਰੋੜਾਂ ਦੀਆਂ ਉਹ ਫ੍ਰੀਜ਼ ਕੀਤੀਆਂ ਗਈਆਂ ਨੇ, ਗੱਲਬਾਤ ਕਰ ਲੈਂਦੇ ਹਾਂ। ਅਨਿਲ ਜੀ, ਕਿੰਨੇ ਮੁਕੱਦਮੇ ਨੇ ਜਿਨ੍ਹਾਂ ਵਿੱਚ ਪ੍ਰੋਪਰਟੀਆਂ ਫ੍ਰੀਜ਼ ਕੀਤੀਆਂ ਗਈਆਂ ਨੇ, ਅਤੇ ਕਿੰਨੀ ਕੁ ਪ੍ਰੋਪਰਟੀ ਹੈ, ਕਿਹੜੇ ਕਿਹੜੇ ਕਿੱਥੇ ਕਿੱਥੇ ਦੇ ਮਾਮਲੇ ਨੇ? ਇਹ ਮਾਮਲੇ ਜੀ ਥਾਣਾ ਡਿਵੀਜ਼ਨ ਨੰਬਰ 3 ਲੁਧਿਆਣਾ ਜੀ, ਉੱਥੇ ਦੇ ਮਾਮਲੇ ਨੇ, ਉੱਥੇ ਮੁਕੱਦਮੇ ਦਰਜ ਹੋਏ ਸੀ। ਜਿਵੇਂ ਤੁਸੀਂ ਆਪਣੇ ਇਹਦੇ ਵਿੱਚ ਸਟੇਟਮੈਂਟਸ ਕਿਹਾ ਹੈ ਕਿ ਪ੍ਰੋਪਰਟੀਆਂ ਫ੍ਰੀਜ਼ ਕੀਤੀ ਜਾ ਰਹੀਆਂ, ਇਹ ਨਸ਼ਾ ਤਸਕਰ ਨੇ ਜਿਹੜੇ ਕਿ ਇਹਨਾਂ ਦੇ ਖਿਲਾਫ਼ ਥਾਣਾ ਡਿਵੀਜ਼ਨ ਨੰਬਰ 3 ਦੇ ਵਿੱਚ ਵੱਖ ਵੱਖ ਮੁਕੱਦਮੇ ਦਰਜ ਹੋਏ ਸੀ, ਅਤੇ ਉਹਨਾਂ ਦਰੀ ਦੇ ਵਿੱਚ ਉਹਨਾਂ ਮੁਕੱਦਮਿਆਂ ਦੇ ਵਿੱਚ ਇਹ ਬੰਦੇ ਹਵਾਲਾਤ ਅਰੈਸਟਾਂ 'ਚ ਕੀਤੀ ਗਈ ਸੀ। ਲੇਕਿਨ ਇਹਦੇ ਨਾਲ ਬਰਾਬਰ ਇੱਕ ਪ੍ਰੋਵੀਜ਼ਨ ਚੱਲਦੀ ਹੈ 68F ਦੀ, ਜਿਹੜਾ NDPS ਐਕਟ ਦਾ 68F ਹੈ, ਜਿਹਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਕਿ ਜਿਹੜੀ ਕਿ ਸਰਕਾਰ ਨੂੰ ਸੰਸਥਾ ਨੂੰ ਇਨਵੈਸਟੀਗੇਸ਼ਨ ਨੂੰ ਜਾਪਦੀ ਹੈ ਕਿ ਜਿਹੜੀ ਇਹਨਾਂ ਨੇ ਪ੍ਰੋਪਰਟੀਆਂ ਆ ਇਹ ਨਸ਼ੇ ਦੇ ਪੈਸੇ ਨਾਲ ਕਮਾਈ ਕਰਕੇ ਅਤੇ ਇਹਨਾਂ ਨੇ ਪ੍ਰੋਪਰਟੀਆਂ ਬਣਾਈਆਂ, ਉਹਨਾਂ ਨੂੰ ਫ੍ਰੀਜ਼ ਕਰਨ ਦਾ, ਉਹਨਾਂ ਨੂੰ ਇਹ ਅੱਗੇ ਟ੍ਰਾਂਸਫਰ ਨਾ ਕਰਨ, ਇਸ ਕਰਕੇ ਫ੍ਰੀਜ਼ ਕਰਨ ਦਾ ਉਹਨਾਂ ਨੂੰ ਪ੍ਰਾਵਧਾਨ ਹੈ, ਜਿਹੜਾ ਕਿ ਇੱਕ ਦਿੱਲੀ ਦੇ ਵਿੱਚ ਜਿਹੜੀ ਸਾਡੀ ਸੈਂਟਰ ਲੈਵਲ 'ਤੇ ਸੰਸਥਾ ਬੈਠੀ ਹੈ, ਉਹਨਾਂ ਨੂੰ ਆਪਾਂ ਅਸੀਂ ਕੇਸ ਬਣਾ ਕੇ ਭੇਜੀਦਾ ਹੈ, ਅਤੇ ਉਹ ਕੇਸ ਨੂੰ ਬਰਾਬਰ ਓਪਰਚੁਨਿਟੀ ਦਿੰਦੇ ਨੇ ਸਾਨੂੰ ਵੀ ਅਤੇ ਨਾਲ ਅਕਿਊਜ਼ ਨੂੰ ਵੀ। ਇਹਦੇ 'ਚ ਦੋਨੇ ਹੁੰਦਾ ਕਿ ਅਸੀਂ ਸਰਕਾਰ ਨੇ ਆਪਣਾ ਪੱਖ ਪੇਸ਼ ਕਰਨਾ ਹੁੰਦਾ, ਅਤੇ ਪੁਲਿਸ ਉਹਦੇ ਅਤੇ ਨਾਲ ਜਿਹੜਾ ਅਕਿਊਜ਼ ਹੈਗਾ ਜਿਹਦੇ ਉੱਪਰ ਜਿਹਦੀ ਪ੍ਰੋਪਰਟੀ ਫ੍ਰੀਜ਼ ਹੋਣੀ ਹੁੰਦੀ ਹੈ, ਉਹਨੇ ਆਪਣਾ ਪੱਖ ਪੇਸ਼ ਕਰਨਾ, ਬਰਾਬਰ ਦਾ ਮੌਕਾ ਦਿੱਤਾ ਜਾਂਦਾ ਤਾਂ ਕਿ ਉਹ ਇਹ ਨਾ ਕਹਿ ਸਕੇ ਕਿ ਸਾਨੂੰ ਕਿਸੇ ਨੇ ਸੁਣਿਆ ਨਹੀਂ ਹੈ। ਠੀਕ ਹੈ, ਉਹਦੀ ਪ੍ਰੋਪਰਟੀ ਉਹਨਾਂ ਇਹਨਾਂ ਦੇ ਵਿੱਚ 3 ਕੇਸਾਂ ਦੇ ਵਿੱਚ ਆਪਾਂ ਪ੍ਰੋਪਰਟੀ ਦੇ ਜਿਹੜੇ ਇੰਸਪੈਕਟਰ ਆਪਣੇ SHO 3 ਨੰਬਰ ਡਿਵੀਜ਼ਨ ਨੇ ਇੰਸਪੈਕਟਰ ਅੰਮ੍ਰਿਤਪਾਲ ਜੀ, ਉਹਨਾਂ ਨੇ ਕੇਸ ਨੂੰ ਦਿੱਲੀ ਤੱਕ ਬਹੁਤ ਚੰਗੇ ਤਰੀਕੇ ਨਾਲ ਪਰਸੂ ਕੀਤਾ, ਉਹਨਾਂ ਫਿਜ਼ੀਕਲੀ ਵੀ ਗਏ ਨੇ ਅਤੇ ਨਾਲੇ ਇਹਦੇ 'ਚ ਵੀਡੀਓ ਕਾਨਫਰੰਸਿੰਗ ਵੀ ਹੋਈ ਹੈ, ਅਤੇ ਉਹਦੇ ਵਿੱਚ ਇੱਕ ਫਾਈਨਲ ਆਰਡਰ ਜਿਹੜੇ ਆਏ ਨੇ ਇਹਨਾਂ 3 ਬੰਦਿਆਂ ਜਿਹੜੇ 3 ਅਕਿਊਜ਼ ਨੇ ਵੱਖੋ ਵੱਖਰੇ ਮੁਕੱਦਮਿਆਂ ਦੇ ਵਿੱਚ ਇਹਨਾਂ ਦੀਆਂ ਵੱਖ ਵੱਖ ਥਾਂ 'ਤੇ ਪ੍ਰੋਪਰਟੀਆਂ ਹੈਗੀਆਂ ਜਿਹੜੀਆਂ ਉਹ ਫ੍ਰੀਜ਼ ਕੀਤੀਆਂ ਗਈਆਂ। ਸਰ, ਕਿੱਥੇ ਕਿੱਥੇ ਦੇ ਅਕਿਊਜ਼ ਨੇ ਕਿ ਅਤੇ ਕਿਹੜੀ ਕਿਹੜੀ ਜਗ੍ਹਾ 'ਤੇ ਅਤੇ ਕਿੰਨੇ ਕਿੰਨੇ ਦੀ ਪ੍ਰੋਪਰਟੀ ਹੈ ਤਿੰਨਾਂ ਦੀ? ਇੱਕ ਜਿਹੜਾ ਅਕਿਊਜ਼ ਹੈਗਾ ਗੁਰਮੀਤ ਸਿੰਘ ਹੈ ਜੀ, ਉਰਫ ਕਾਕਾ, ਪੁੱਤਰ ਜਗਿੰਦਰ ਸਿੰਘ, ਇਹ ਹੈ ਇੱਥੇ ਜਿਹੜਾ ਆਪਣਾ ਆਤਾ ਹੈਗਾ ਜੀ, ਆਪਣੇ ਗੁਰਦੁਆਰਾ 6ਵੀਂ ਪਾਤਸ਼ਾਹੀ ਦੇ ਲਾਗੇ ਜੀ, ਆਤਾ ਜਿਹਨੂੰ ਆਪਾਂ ਰਿਹਾਇਸ਼ ਕਰਦੇ ਹਾਂ, ਉਹਦੇ ਵਿੱਚ ਇਹ ਰਹਿੰਦਾ ਹੈ ਜੀ।
ਉਹਦੀ ਪ੍ਰੋਪਰਟੀ ਹੈਗੀ ਹੈ ਜੀ, ਉਹਦੇ ਖਿਲਾਫ਼ ਇੱਕ ਮੁਕੱਦਮਾ ਨੰਬਰ ਰਜਿਸਟਰ ਹੋਇਆ ਜੀ, ਜਿਹਦੇ ਕੋਲ 2000 ਕੋ ਕੈਪਸੂਲ ਵਗੈਰਾ ਫੜੇ ਸੀਗੇ ਜੀ। 170 ਗਜ਼ ਦਾ ਉਹਦਾ ਪਲੋਟ ਹੈਗਾ ਅਤੇ ਇੱਥੇ ਮਕਾਨ ਮਕੂਨ ਬਣਿਆ ਆ ਜਿਹਦੀ, ਇਹ ਐਸਟੀਮੇਟਡ ਪ੍ਰੋਪਰਟੀ 1,51,00,000 ਦੀ ਹੈ ਜੀ ਜੀ ਜੀ। ਸੈਕਿੰਡ ਪ੍ਰੋਪਰਟੀ ਹੈਗੀ ਹੈ ਜੀ 184 ਨੰਬਰ ਮੁਕੱਦਮੇ ਵਿੱਚ 2022 ਪ੍ਰੋਪਰਟੀ ਹੈਗੀ ਹੈ 40 ਗਜ਼ ਦੀ, ਜਿਹੜੀ ਉਹਦੇ ਨਾਂ ਨਿਕਲੀ ਸੀ, ਜਿਹਦੀ ਐਸਟੀਮੇਟਡ ਪ੍ਰੋਪਰਟੀ ਦੀ ਕੀਮਤ ਹੈਗੀ ਹੈ ਜੀ 17,20,000 ਰੁਪਈਆ। ਅਤੇ ਇੱਕ ਉਹਦਾ ਜਿਹੜਾ ਇੱਕ ਕਾਰ ਵੈਗਨਾਰ ਉਹ ਵੀ ਉਹਦੇ 'ਚ ਫਰੀਜ਼ ਹੋਈ ਆ, ਉਹ ਵੀ ਨੋਟਿਸ ਉਹਨਾਂ ਨੂੰ ਸਰਵ ਹੋਇਆ ਅੱਜ ਜੀ ਕਿ ਤੁਸੀਂ ਇਹਨੂੰ ਵੇਚ ਨਹੀਂ ਸਕਦੇ ਜਾਂ ਇਹਨੂੰ ਕਿਤੇ ਤੁਸੀਂ ਅੱਗੇ ਹੋਰ ਕੋਈ ਤੁਸੀਂ ਇਹਦੇ ਨਾਲ ਕੋਈ ਡੀਲ ਨਹੀਂ ਕਰ ਸਕਦੇ, ਉਹ 4,50,000 ਉਹਦੀ ਕੀਮਤ ਹੈਗੀ ਹੈ। ਇੱਕ ਹੋਰ ਹੈਗਾ ਸਾਡਾ ਤੀਜਾ ਕੇਸ ਹੈਗਾ ਜੀ, ਇੱਕ ਇਹਦੇ 'ਚ ਕੋਈ ਮਿਸਟਰ ਸਚਦੇਵਾ ਆਇਆ, ਮਿਸਟਰ ਕੀ ਆਪਣਾ ਅਮਿਤ ਸਚਦੇਵਾ ਹੈਗਾ, ਪੁੱਤਰ ਅਰੁਣ ਕੁਮਾਰ ਸਚਦੇਵਾ, ਉਹਦੇ ਖਿਲਾਫ਼ ਮੁਕੱਦਮਾ ਰਜਿਸਟਰ ਹੋਇਆ ਸੀ ਥਾਣਾ ਡਿਵੀਜ਼ਨ ਨੰਬਰ 3 ਦੇ ਵਿੱਚ 2019 ਦੇ ਵਿੱਚ ਜੀ। ਅਤੇ ਉਹਦੀ ਪ੍ਰੋਪਰਟੀ ਹੈਗੀ ਹੈ ਜੀ 62 ਗਜ਼ ਜਗ੍ਹਾ, ਉਹਦੀ ਕੀਮਤ ਹੈਗੀ ਕਰੀਬ 77,00,000 ਰੁਪਈਆ ਜੀ। ਅਤੇ ਇਸ ਤਰ੍ਹਾਂ ਆਪਾਂ 2 ਕਰੀਬ ਮੇਰੇ ਹਿਸਾਬ ਨਾਲ ਇਹ 2,00,00,000 ਦੇ ਲਾਗੇ ਪ੍ਰੋਪਰਟੀ ਜਿਹੜੀ ਹੈਗੀ ਆ ਫਰੀਜ਼ਿੰਗ ਦੇ ਜਿਹੜੇ ਔਡਰ ਹੈਗੇ ਆ ਇਹ ਅੱਜ ਕਨਫਰਮੇਸ਼ਨ ਲਾ ਕੇ ਅਤੇ ਆਪਾਂ ਇਹਨਾਂ ਨੂੰ ਰਿਸੀਵ ਕਰਾਇਆ ਜੀ ਉੱਥੇ। ਸਰ ਇਹ ਤਿੰਨੋਂ ਮੁਕੱਦਮੇ ਜਿਹੜੇ ਦੋਸ਼ੀ ਨੇ ਉਹ ਇਸ ਵੇਲੇ ਜੇਲ੍ਹ 'ਚ ਨੇ ਜਾਂ ਫਿਰ ਫਰਾਰ ਨੇ, ਪੀਓ ਨੇ, ਕਿੱਥੇ ਨੇ? ਦੇਖੋ ਫਿਜ਼ੀਕਲੀ ਜਿਹੜੀ ਮੈਂ ਫਿਜ਼ੀਕਲੀ ਜਾ ਕੇ ਆਇਆ ਜੀ ਹੁਣ ਉੱਥੇ ਫਿਜ਼ੀਕਲੀ ਜਾ ਕੇ ਆਇਆ, ਜਿਹੜਾ ਤੁਹਾਨੂੰ ਦੱਸਿਆ ਕਿ ਜਿਹੜਾ ਗੁਰਮੀਤ ਸਿੰਘ ਕਾਕਾ ਹੈਗਾ ਜੀ, ਇਹ ਮਤਲਬ ਹੀ ਹਿਮਸੈਲਫ ਆਰ ਫਿਜ਼ੀਕਲੀ ਪ੍ਰੈਜ਼ੈਂਟ ਤੇ ਆਪਣੇ ਘਰ ਉਹ ਮੌਜੂਦ ਸੀਗਾ ਜੀ, ਮੌਜੂਦ ਸੀਗਾ। ਅਤੇ ਉਹਨੂੰ ਆਪਾਂ ਆਪਣੀ ਹਾਜ਼ਰੀ ਦੇ ਵਿੱਚ ਮੈਂ ਆਪਣੀ ਹਾਜ਼ਰੀ ਦੇ ਵਿੱਚ ਉਹਦੇ ਘਰ ਪੇਸਟ ਕੀਤਾ ਅਤੇ ਉਹਨੂੰ ਜਿਹੜੇ ਹੈਗੇ ਆ ਕਨਫਰਮੇਸ਼ਨ ਆਰਡਰ ਦੇ ਫਰੀਜ਼ਿੰਗ ਦੇ ਇਹਨੂੰ ਮੈਂ ਰਿਸੀਵ ਕਰਵਾ ਕੇ ਆਇਆ ਜੀ ਜੀ। ਬਾਕੀ ਜਿਹੜੇ 2 ਮੁਕੱਦਮੇ ਨੇ ਬਾਕੀ ਮੈਂ ਤੁਹਾਨੂੰ ਇਹ ਪੁੱਛ ਕੇ ਥੋੜ੍ਹੀ ਦੇਰ ਨੂੰ ਦੱਸ ਦੂੰਗਾ ਜੀ, ਕਿਉਂਕਿ ਬਾਕੀ ਇਹਦੇ ਵਿੱਚ ਇੰਸਪੈਕਟਰ ਸਾਹਿਬ ਆਪ ਗਏ ਨਹੀਂ ਸੀ ਕਿਉਂਕਿ ਮੈਨੂੰ ਇੱਥੇ ਕੋਈ ਡਿਊਟੀ ਵਾਸਤੇ ਆਉਣਾ ਪੈ ਗਿਆ ਅਤੇ ਉਹਨਾਂ ਨੇ ਸਾਡੀ ਉਹ ਆਪਣੇ ਜਿਹੜੀ ਹੈਗੀ ਆ ਪੇਸਟਿੰਗ ਕੀਤੀ ਉੱਥੇ ਜਾ ਕੇ। ਇਹਨਾਂ ਦੇ ਸਰ ਕੋਈ ਪਹਿਲੇ ਵੀ ਮੁਕੱਦਮੇ ਦਰਜ ਨੇ? ਮੁਕੱਦਮੇ ਦੇਖੋ ਮੈਂ ਇਹਦੀ ਬੈਕਗਰਾਊਂਡ ਜਿਹੜਾ ਐਸਾ ਜਿਹੜਾ ਬੈਕਗਰਾਊਂਡ ਹੈਗੇ ਤੁਸੀਂ ਇਹ ਦੇਖੋ ਕਿ ਜੋ ਸਮੇਂ ਕੋਈ ਇਨਫੋਰਮੇਸ਼ਨ ਹੈਗੀ ਸਿਰਫ ਆ ਜਿਹੜਾ ਗੁਰਮੀਤ ਸਿੰਘ ਕਾਕੇ ਬਾਰੇ ਜਿਹੜੇ ਇਨਫੋਰਮੇਸ਼ਨ ਹੈਗੀ ਆ, ਬਾਕੀ ਮੈਂ ਤੁਹਾਨੂੰ ਝੂਠੀ ਇਨਫੋਰਮੇਸ਼ਨ ਕੋਈ ਦੇ ਨਹੀਂ ਸਕਦਾ ਕਿ ਕਿੰਨੇ ਹੈਗੇ ਆ। ਗੁਰਮੀਤ ਸਿੰਘ ਕਾਕੇ ਦੇ ਮੈਂ ਚੈੱਕ ਕੀਤਾ ਸੀ, ਇੱਕੋ ਮੁਕੱਦਮਾ ਦਰਜ ਆ ਦੇ, ਤੁਸੀਂ ਇਹ ਦੇਖੋ ਕਿ ਇੱਕੋ ਮੁਕੱਦਮੇ 'ਚ ਇਹਦੀ ਪ੍ਰੋਪਰਟੀ ਫਰੀਜ਼ ਹੋ ਗਈ ਹੈ। ਹੁਣ ਇਹ ਜਿੰਨੇ ਮਰਜ਼ੀ ਜਿੰਨੀ ਨੇ ਚਾਰਾਜੋਈ ਕਰਨੀ ਹੈ, ਇਹਨੂੰ ਬਰਾਬਰ ਦਾ ਰਾਈਟ ਹੈ ਆਪਣੀ ਚਾਰਾਜੋਈ ਕਰੇਗਾ, ਲੇਕਿਨ ਇਹਦਾ ਫਰੀਜ਼ਿੰਗ ਦੇ ਕਰਨ ਦੇ ਹੈਗਾ ਅਤੇ ਇਹਨਾਂ ਨੂੰ ਅੰਦਰ ਭੇਜਣ ਦਾ ਜਾਂ ਇਹਨਾਂ ਨੂੰ ਫੜਨ ਦਾ ਸਾਡਾ ਮਕਸਦ ਸਿੰਪਲ ਇਹੀ ਹੈ ਕਿ ਜਿਹੜਾ ਵੀ ਕੋਈ ਨਸ਼ੇ ਦਾ ਕਾਰੋਬਾਰ ਕਿਸੇ ਵੀ ਲੈਵਲ 'ਤੇ ਕਰ ਰਿਹਾ ਹੈ, ਜਦੋਂ ਇਹ ਕਾਨੂੰਨ ਦੇ ਕਾਬੂ ਜਾਂ ਤਪਤੀ ਪੁਲਿਸ ਦੇ ਕਾਬੂ ਆ ਗਿਆ ਤਾਂ ਪੁਲਿਸ ਨੇ ਛੱਡਣਾ ਨਹੀਂ ਹੈ। ਅਤੇ ਉਹਦੇ ਵਿੱਚ ਇਹਨਾਂ ਨੂੰ ਲੋਕਾਂ ਨੂੰ ਨਸ਼ੇ ਤੋਂ ਰੋਕਣ ਵਾਸਤੇ ਸਾਨੂੰ ਕਿਸੇ ਵੀ ਹੱਦ ਤੱਕ ਜਾਣਾ ਪੈਂਦਾ, ਤਾਂ ਉਹ ਪੁਲਿਸ ਜਾ ਰਹੀ ਹੈ। ਇਹਨਾਂ ਦੀਆਂ ਪ੍ਰੋਪਰਟੀਆਂ ਜਿਹੜੀਆਂ ਆ ਰਹੀਆਂ, ਕੱਲ੍ਹ ਨੂੰ ਇਹ ਆਪਣੇ ਹੋਰ ਕਈ ਕੁਛ ਕਰਦੇ ਨੇ, ਲੇਕਿਨ ਇਹਨਾਂ ਨੂੰ ਓਪਰਚੁਨਿਟੀ ਹੈਗੀ ਆ। ਲੇਕਿਨ ਜੋ ਸਾਡੇ ਵੱਲੋਂ ਇੱਕ ਮੈਸੇਜ ਜਨਤਾ ਨੂੰ ਇਹ ਦਿੱਤਾ ਜਾ ਰਿਹਾ ਕਿ ਹਾਂ ਵੀ ਜੋ ਪੁਲਿਸ ਬਿਲਕੁਲ ਦਿਲੋਂ ਇਹ ਨਸ਼ਾ ਰੋਕਣ ਵਾਸਤੇ ਕਾਰਵਾਈ ਕਰ ਰਹੀ, ਇਹਦੇ ਵਾਸਤੇ ਸਾਨੂੰ ਕਿਸੇ ਵੀ ਐਂਡ 'ਤੇ ਕੋਈ ਵੀ ਕਿਤੇ ਵੀ ਸਾਨੂੰ ਅਪਰੋਚ ਕਰਨਾ ਪਵੇ, ਆਪਾਂ ਅਪਰੋਚ ਕਰਨ ਤੋਂ ਪਿੱਛੇ ਨਹੀਂ ਜਾਣਾ। ਸਰ ਜਿਵੇਂ ਤੁਸੀਂ ਦੱਸਿਆ ਗੁਰਮੀਤ ਸਿੰਘ ਇਹਨਾਂ ਵੱਲੋਂ ਮੈਡੀਕਲ ਨਸ਼ੇ ਦਾ ਜਿਹੜਾ ਕਿ ਕੀਤਾ ਜਾ ਰਿਹਾ ਸੀਗਾ, ਇਹ ਪਤਾ ਲੱਗਿਆ ਵੀ ਕਿੱਥੋਂ ਲਿਆਉਂਦੇ ਸੀ, ਕਿੱਥੋਂ ਸਪਲਾਈ ਹੋਲਸੇਲ ਜਾਂ ਰਿਟੇਲ ਕਰਦੇ ਸੀਗੇ? ਦੇਖੋ ਭਾਈ ਸਾਹਿਬ, ਮੈਂ ਪਰਸੋਂ ਜੁਆਇਨ ਕੀਤਾ ਅੱਜ, ਠੀਕ ਹੈ ਜੀ। ਇਹ ਮੈਂ ਤੁਹਾਨੂੰ ਕਹਾਂ ਇਹਦਾ ਮੈਂ ਕ੍ਰੈਡਿਟ ਲੈ ਰਿਹਾ, ਇਹ ਇੰਸਪੈਕਟਰ ਸਾਹਿਬ ਦੇ ਵੱਲੋਂ ਮੇਰੇ ਤੋਂ ਪਹਿਲਾਂ ਦੀ ਹੋਰ ਕੀਤੀ ਗਈ ਕਾਰਵਾਈ ਆ। ਇਹ ਇੰਪਲੀਮੈਂਟੇਸ਼ਨ ਜਿਹੜੀ ਹੈਗੀ ਆ ਮੇਰੇ ਟਾਈਮ ਦੇ ਵਿੱਚ ਆਈ ਹੈ, ਅਤੇ ਇਹਦੇ ਵਿੱਚ ਮੈਂ ਜਿਹੜੀ ਹੈਗੀ ਤੁਹਾਨੂੰ ਜਿਹੜੀ ਪ੍ਰੋਪਰ ਬਰੀਫਿੰਗ ਹੈਗੀ ਆ, ਜਿਹਦੇ ਵਿੱਚ ਕੁਸ਼ਚਨ ਕਰਨਾ ਮੈਨੂੰ ਪਤਾ, ਮੈਂ ਤੁਹਾਨੂੰ ਡਿਟੇਲ ਕਢਾ ਰੱਖਦਾ, ਠੀਕ ਹੈ ਜੀ। ਇਹ ਮੈਂ ਤੁਹਾਨੂੰ ਫਿਰ ਕਿਸੇ ਟਾਈਮ ਦੇ ਦੂੰਗਾ ਜੀ। ਆਖਰੀ ਸਵਾਲ ਆ ਮੇਰਾ, ਜਿਹੜੇ ਨਸ਼ਾ ਤਸਕਰ ਨੇ ਜਿਹੜੇ ਹਜੇ ਵੀ ਬਾਹਰ ਨੇ, ਚਾਹੇ ਮੁਕੱਦਮੇ ਮੰਨ ਲਓ ਦਰਜ, ਉਹਨਾਂ ਨੂੰ ਕੀ ਮੈਸੇਜ ਤੁਸੀਂ ਦੇਣਾ ਚਾਹੋਗੇ? ਇਹ ਮੈਸੇਜ ਹੀ ਹੈ ਜੀ, ਇਹ ਮੈਸੇਜ ਇਹ ਕਿ ਜਿਹੜੀ ਪ੍ਰੋਪਰਟੀ ਫਰੀਜ਼ ਹੋ ਰਹੀ ਹੈ, ਇਹਦੇ ਵਿੱਚ ਹੁਣ ਦੇਖੋ ਪਰਿਵਾਰ 5-5 ਜਾਣੇ ਰਹਿ ਰਹੇ ਨੇ ਜੀ, ਸਾਂਝੀ ਪ੍ਰੋਪਰਟੀ, ਮੁੜ ਕੇ ਕਹਿੰਦੇ ਕਿ ਹਾਂ ਵੀ ਇਹਦੇ ਵਿੱਚ ਇੱਕ ਬੰਦੇ ਨੇ ਕੰਮ ਕਰਨਾ ਅਤੇ ਸਾਰੇ ਪਰਿਵਾਰ ਨੇ ਸਜ਼ਾ ਭੁਗਤਣੀ ਹੈ ਜੀ। ਭੁਗਤਣਾ ਇੱਦਾਂ ਆ ਕਿ ਦੇਖੋ ਜੀ, ਉਸ ਪਰਿਵਾਰ ਦੀ ਪੈਰਵਾਈ ਜਦੋਂ ਬੰਦਾ ਅਕਿਊਜ਼ਡ ਫੜਿਆ ਜਾਂਦਾ ਹੈ, ਇਹ ਚੰਗਾ ਤਾਂ ਉਦੋਂ ਤੱਕ ਲੱਗਦਾ ਕਿ ਹਾਂ ਵੀ ਸਾਡੇ ਕੋਲ 4 ਪੈਸੇ ਆਉਂਦੇ ਨੇ, ਜਦੋਂ ਬੰਦਾ ਫੜਿਆ ਜਾਂਦਾ ਪਰਿਵਾਰ ਵਾਲਾ ਬੰਦਾ, ਉਹਦੇ ਪਰਿਵਾਰ ਨੇ ਸਫ਼ਰ ਤਾਂ ਕਰਨਾ ਹੀ ਕਰਨਾ ਜੀ, ਉਹਦੇ ਪਰਿਵਾਰ ਨੇ ਸਫ਼ਰ ਕਰਨਾ ਹੈ। ਅਤੇ ਜਿਹੜੀਆਂ ਫਿਰ ਇੱਦਾਂ ਦੀਆਂ ਲਿਮੀਟੇਸ਼ਨਸ ਹੈਗੀਆਂ, ਜਿਹੜੀ ਇੱਦਾਂ ਦੀ ਫਰੀਜ਼ਿੰਗ ਹੈ, ਇਹ ਵੀ ਹੋਣੀ ਹੈ। ਇਹ ਇੱਕ ਸਿੱਧਾ ਸੁਨੇਹਾ ਹੈ ਜੀ ਇਹਨਾਂ ਨੂੰ, ਜੇ ਗਲਤ ਕੰਮ ਕਰਨਾ ਤਾਂ ਤੁਸੀਂ ਗਲਤ ਕੰਮ ਤੁਹਾਡੇ ਨਾਲ ਜੇ ਤੁਸੀਂ ਕਰਦੇ ਹੋ ਤਾਂ ਉਹਦੀ ਸਜ਼ਾ ਭੁਗਤਣ ਵਾਸਤੇ ਤੁਸੀਂ ਫਿਜ਼ੀਕਲੀ ਵੀ ਤਿਆਰ ਰਹੋ,
ਫਿਜ਼ੀਕਲੀ ਇੱਦਾਂ ਕਿ ਤੁਸੀਂ ਮੈਂਟਲੀ ਜਾਣਾ, ਅੰਦਰ ਜਾਣਾ ਹੈ, ਸਜ਼ਾ ਹੋਣੀ ਹੈ ਜੀ। ਅਤੇ ਇਹਦੇ ਕਰਕੇ ਤੁਸੀਂ ਮੋਨੀਟਰੀ ਵੀ ਜਿਹੜੀ ਹੈਗੀ ਹੈ ਬੈਨੀਫਿਟ ਤੁਹਾਡੇ ਉਹ ਵੀ ਜਾਂਦੇ ਲੱਗਣੇ ਹੈ ਜੀ, ਫਿਜ਼ੀਕਲ ਤੁਹਾਨੂੰ ਫਾਈਨੈਂਸ਼ੀਅਲੀ ਵੀ ਤੁਹਾਨੂੰ ਲੋਸ ਹੋਣਾ ਹੈ। ਸੋ ਇਹ ਸਨ ACP ਅਨਿਲ ਕੁਮਾਰ ਬਨੋਟ, ਜਿਨ੍ਹਾਂ ਦੇ ਵੱਲੋਂ ਨਸ਼ਾ ਤਸਕਰਾਂ ਨੂੰ ਸਿੱਧੇ ਲਫ਼ਜ਼ਾਂ ਦੇ ਵਿੱਚ ਵਾਰਨਿੰਗ ਦਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਨਸ਼ੇ ਦੇ ਵਪਾਰ ਕਰਨਾ ਛੱਡ ਦਿਓ, ਨਹੀਂ ਤਾਂ ਪੁਲਿਸ ਦੇ ਵੱਲੋਂ ਜਿਹੜੀ ਕਿ ਵੱਡੀ ਕਾਰਵਾਈ ਉਹ ਕੀਤੀ ਜਾਵੇਗੀ, ਜਿੱਥੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ, ਉੱਥੇ ਹੀ ਜਿਹੜੀਆਂ ਇਹਨਾਂ ਦੀਆਂ ਪ੍ਰੋਪਰਟੀਆਂ ਨੇ ਜੋ ਨਸ਼ਾ ਤਸਕਰੀ ਦੇ ਪੈਸੇ ਦੇ ਵੱਲੋਂ ਬਣਾਈਆਂ ਗਈਆਂ ਨੇ ਉਹਨਾਂ ਨੂੰ ਵੀ ਫਰੀਜ਼ ਕੀਤਾ ਜਾਵੇਗਾ, ਔਰ ਨਾਲ ਦੀ ਨਾਲ ਪਰਿਵਾਰਾਂ ਨੂੰ ਕਿਤੇ ਨਾ ਕਿਤੇ ਦਾ ਨੁਕਸਾਨ ਜਿਹੜਾ ਕਿ ਜ਼ਰੂਰ ਚੱਲਣਾ ਪਵੇਗਾ। ਕੈਮਰਾ ਪਰਸਨ ਬੋਬੀ ਦੇ ਨਾਲ ਹਿੰਮਤ ਸਿੰਘ ਦੀਪਾਲ, ਦੈਨਿਕ ਸਵੇਰਾ, ਲੁਧਿਆਣਾ। देश दुनिया की हर खबर सबसे पहले देखने के लिए फॉलो करें दैनिक सवेरा TV, YouTube, Facebook, Instagram, X और WhatsApp चैनल पर।